ਫਤਿਹ। ਅੱਜ ਇਹ ਸਪੈਸ਼ਲ ਅਸੀਂ ਜੋ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਉਹ ਹੈ ਜਿਹੜਾ ਇੱਕ ਸਾਕਾ ਪਿਛਲੀ ਸੈਂਚਰੀ ਦੇ ਵਿੱਚ ਸਿੱਖਾਂ ਦਾ ਹਰ ਸਿੱਖ ਦਾ ਦਿਲ ਵੇਧਣ ਵਾਲਾ ਸਾਕਾ ਜੋ ਵਰਤਿਆ ਸੀ, ਮੇਰਾ ਭਾਵ ਬਲੂ ਸਟਾਰ ਕਾਰਪੋਰੇਸ਼ਨ। ਅਤੇ ਉਹਦੇ ਨਾਲ ਉਸ ਤੋਂ ਬਾਅਦ ਵਰਤਣ ਤੋਂ ਬਾਅਦ ਕਈ ਕਿਤਾਬਾਂ ਡਾਕੂਮੈਂਟਰੀਆਂ ਆਪਣੇ ਸਾਹਮਣੇ ਆਈਆਂ ਅਤੇ ਉਹਦੇ ਵਾਸਤੇ ਸੱਚ ਜਾਣਨ ਵਾਸਤੇ ਬੜੇ ਉਪਰਾਲੇ ਕੀਤੇ ਗਏ। ਅੱਜ ਆਪਣੇ ਕੋਲ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਹੜੀ ਕਿ ਉਹਨਾਂ ਦਿਨਾਂ ਦੇ ਵਿੱਚ ਉਹ ਉੱਥੇ ਦਰਬਾਰ ਸਾਹਿਬ ਅਤੇ ਇਸ ਸਾਰੇ ਸਟਰਕਚਰ ਦੇ ਨਾਲ ਜੁੜਿਆ ਹੋਇਆ ਸੀ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਕਿਉਂਕਿ ਉਹਨਾਂ ਨੇ ਹੁਣੇ ਹੁਣੇ ਇੱਕ ਕਿਤਾਬ ਛਾਪੀ ਹੈ ਜਿਹਦਾ ਆਪਾਂ ਰਿਵਿਊ ਕਰਨਾ ਹੈ। ਕਿਤਾਬ ਦਾ ਜੋ ਮੇਰਾ ਮਕਸਦ ਹੈ ਉਹਨਾਂ ਦਾ ਨਾਂ ਹੈ ਰਮੇਸ਼ ਇੰਦਰ ਸਿੰਘ ਜੀ, ਜਿਹੜੇ ਕਿ ਬੜੇ ਹੀ ਗਵਰਨਮੈਂਟ ਦੇ ਵਿੱਚ ਡਿਸਟਿੰਗਿਸ਼, ਉੱਥੇ ਪੰਜਾਬ ਸੈਂਟਰ ਦੇ ਵਿੱਚ ਇੱਕ ਨੁਮਾਇੰਦੇ ਸਨ, ਜਿਹਨਾਂ ਨੂੰ ਪਦਮ ਸ਼੍ਰੀ 1986 ਦੇ ਵਿੱਚ ਮਿਲਿਆ, ਛੋਟੀ ਅਵਸਥਾ ਵਿੱਚ ਹੀ ਉਦੋਂ 36 ਸਾਲਾਂ ਦੇ ਸਨ। ਅਤੇ ਖਾਸ ਕਰਕੇ 84 ਤੋਂ 87 ਉਹ ਅੰਮ੍ਰਿਤਸਰ ਦੇ ਵਿੱਚ ਡਿਸਟ੍ਰਿਕਟ ਮੈਜਿਸਟਰੇਟ ਲੱਗੇ ਹੋਏ ਸਨ ਪੰਜਾਬ ਦੇ ਵਿੱਚ। ਅਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਿਨਾਂ ਵਿੱਚ ਹੀ ਬਲੂ ਸਟਾਰ ਓਪਰੇਸ਼ਨ ਹੋਇਆ, ਬਲੈਕ ਥੰਡਰ ਓਪਰੇਸ਼ਨ ਹੋਇਆ ਅਤੇ ਬਾਅਦ ਦੇ ਵਿੱਚ ਉਹ ਚੀਫ ਸੈਕਟਰੀ ਆਫ ਪੰਜਾਬ 2 ਸਾਲ ਰਹੇ ਅਤੇ ਉਸ ਤੋਂ ਬਾਅਦ IAS 2009 ਦੇ ਵਿੱਚ ਉਹਨਾਂ ਨੇ 5 ਸਾਲ ਸਰਵ ਕਰਕੇ ਉੱਥੋਂ ਛੁੱਟੀ ਲਈ। ਅਤੇ ਅੱਜ ਐਤਕੀ ਇਸ ਸਾਲ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਜਿਹੜੀ ਕਿ ਕਿਤਾਬ ਇਸ ਵੇਲੇ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਟਰਮੋਇਲ ਇਨ ਪੰਜਾਬ ਬਿਫੋਰ ਐਂਡ ਆਫਟਰ ਬਲੂ ਸਟਾਰ ਐਂਡ ਇਨਸਾਈਡ ਦਿਸ ਸਟੋਰੀ, ਜਿਹੜੀ ਕਿ ਬੜੀ ਆਪਾਂ ਦੇਰ ਤੋਂ ਇੰਤਜ਼ਾਰ ਕਰ ਰਹੇ ਸਨ ਕਿ ਕੋਈ ਇਨਸਾਈਡਰ ਸਾਨੂੰ ਦੱਸੇ ਕਿ ਇਹ ਸਾਰਾ ਸਾਕਾ ਕਿੱਦਾਂ ਵਰਤਿਆ, ਕੌਣ ਇਹਦੇ ਪਿੱਛੇ ਸੀ, ਕਿੱਦਾਂ ਇਹ ਹੋਇਆ, ਕਿੱਥੋਂ ਚੱਲਿਆ ਅਤੇ ਕਿੱਥੇ ਗੱਲ ਮੁੱਕੀ। ਅਤੇ ਉਹਦੇ ਵਾਸਤੇ ਦੱਸਣ ਵਾਸਤੇ ਅੱਜ ਸਾਡੇ ਨਾਲ ਪੰਜਾਬ ਤੋਂ ਸਰਦਾਰ ਸਾਹਿਬ ਜੀ ਜੁੜੇ ਹੋਏ ਨੇ, ਰਮੇਸ਼ ਇੰਦਰ ਸਿੰਘ ਜੀ। ਪਹਿਲਾਂ ਉਹਨਾਂ ਨਾਲ ਫਤਿਹ ਸਾਂਝੀ ਕਰਦੇ ਹਾਂ। ਸਰਦਾਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦਾ। ਸਰਦਾਰ ਸਾਹਿਬ ਜੀ, ਆਪਾਂ ਗੱਲ ਸ਼ੁਰੂ ਕਰਦੇ ਹਾਂ 84 ਤੋਂ ਪਹਿਲਾਂ ਦੀ, ਜਿੱਥੋਂ ਇਹ ਸਾਕੇ ਦਾ ਮੁੱਢ ਵੱਜਦਾ ਹੈ, ਕਿ ਇਹ ਸਾਕਾ 84 ਦਾ ਇਹਦਾ ਮੇਨ ਕਾਰਨ ਕੀ ਸੀ, ਕੀ ਇਹ 78 ਦੇ ਵਿੱਚ ਜੋ ਨਿਰੰਕਾਰੀਆਂ ਦਾ ਉੱਥੇ ਅੰਮ੍ਰਿਤਸਰ ਦੇ ਵਿੱਚ ਜੋ ਸਾਕਾ ਹੋਇਆ ਉਹਦਾ ਸੀ, ਜਾਂ ਇਹਦਾ ਜਾਂ ਇਹਦੇ ਪਿੱਛੇ ਹੋਰ ਵੀ ਕੋਈ ਕਾਰਨ ਸੀ? ਜੀ ਹਾਂਜੀ, ਸ਼ੁਰੂ ਕਰੋ ਜੀ ਇੱਥੋਂ ਜੀ। ਚਾਹ ਸਾਹਿਬ, ਇਸ ਤਰ੍ਹਾਂ ਕਿ ਪੰਜਾਬ ਦਾ ਦੁਖਾਂਤ ਜੋ ਪੰਜਾਬ ਦੇ ਵਿੱਚ ਤਕਰੀਬਨ 2 ਦਹਾਕਿਆਂ ਦੇ ਵਿੱਚ ਬਾਅਦ 'ਚ ਵਾਪਰਿਆ, ਉਹਦਾ ਆਰੰਭ ਸਿੱਖ ਨਿਰੰਕਾਰੀ ਕਲੈਸ਼ ਦੇ ਵਿੱਚ ਅਪ੍ਰੈਲ 1978 ਦੇ ਵਿੱਚ ਹੋਇਆ, ਜੇ ਕਈ ਸਿੰਘ ਸ਼ਹੀਦ ਹੋਏ। ਉਸ ਤੋਂ ਬਾਅਦ ਐਸ ਏ ਰੈਟ੍ਰੀਬਿਊਸ਼ਨ ਐਕਟ ਟੂ ਰਿਵੈਂਜ ਦੋਸ ਕਿਲਿੰਗਸ, ਕਾਊਂਟਰ ਕਿਲਿੰਗ ਸ਼ੁਰੂ ਹੋ ਗਈਆਂ ਨਿਰੰਕਾਰੀਆਂ ਦੀਆਂ, ਉੱਥੋਂ ਹੀ ਹੋਇਆ। ਲੇਕਿਨ 78 ਅਤੇ 84 ਤਾਂ ਬਹੁਤ ਕਈ ਸਾਲਾਂ ਦਾ ਵਕਫਾ ਹੈਗਾ, ਸੋ 84 ਨੂੰ ਅਸੀਂ ਉਹਦੇ ਨਾਲ ਡਾਇਰੈਕਟਲੀ ਨਹੀਂ ਜੋੜ ਸਕਦੇ, ਬਟ ਯੈਸ, ਹਿਸਟੋਰੀਕਲੀ ਉਹਦੀਆਂ ਜੇ ਰੂਟਸ ਦੇਖੀਏ, ਜੋ ਕਨਫਲਿਕਟ ਦੀਆਂ ਰੂਟਸ ਨੇ, ਨੋਟ ਬਲੂ ਸਟਾਰ ਦੀਆਂ ਬਟ ਕਨਫਲਿਕਟ ਦੀਆਂ ਰੂਟਸ, ਉਹ 78 ਬਲਕਿ ਉਦੋਂ ਵੀ ਪਹਿਲਾਂ ਸੰਤ ਕਰਤਾਰ ਸਿੰਘ ਜੀ ਹੁੰਦੇ ਸੀਗੇ ਦਮਦਮੀ ਟਕਸਾਲ ਦੇ, ਜੀ ਜੀ, ਉਹਨਾਂ ਨੇ ਨਿਰੰਕਾਰੀ ਨਾਲ ਇਹ ਮੁੱਦੇ ਕਈ ਵਾਰ ਉਠਾਇਆ ਕਿ ਜੋ ਸਿੱਖ ਧਰਮ ਦਾ ਸਿਕਰਿਲਜ ਕਰ ਰਹੇ ਨੇ ਉਹ, ਜੋ ਸਾਡੇ ਟੈਨੈਂਟਸ ਨੇ ਉਹਨਾਂ ਨੂੰ ਵਾਇਲੇਟ ਕਰ ਰਹੇ ਨੇ, ਉਸ ਇਸ਼ੂ 'ਤੇ ਕਈ ਵਾਰ ਉਹਨਾਂ ਦਾ ਵੀ ਕਨਫਲਿਕਟ ਜੋ ਸੀ ਉਹ ਹੋਇਆ। ਸੋ
ਇਹ ਜਿਹੜਾ ਮਾਡਰਨ ਦੁਖਾਂਤ ਹੈ, ਤੁਹਾਡੀ ਗੱਲ ਸਹੀ ਹੈ ਕਿ ਇਹਦਾ ਆਰੰਭ ਉੱਥੋਂ ਹੀ ਹੁੰਦਾ ਹੈਗਾ, ਤੇ ਲੇਕਿਨ 78 ਵਿੱਚ ਜਿਹੜਾ ਸਾਕਾ ਵਰਤਿਆ ਹੈ ਉਦੋਂ ਦੇਖ ਲਈਏ ਤੇ ਗਵਰਨਮੈਂਟ ਵੀ ਅਕਾਲੀਆਂ ਦੀ ਸੀ ਜੀ ਤੇ ਦੁਖਾਂਤ ਵੀ ਵਰਤਾ ਸਿੱਖਾਂ ਦੀ ਸਰ ਜ਼ਮੀਨ ਜਿੱਥੇ ਡਿੱਠੇ ਸਭੇ ਥਾਵ ਨਹੀਂ ਤੁਧਿਆ ਹਰਿਮੰਦ ਅੰਮ੍ਰਿਤਸਰ ਉਹ ਵੀ ਦਰਬਾਰ ਸਾਹਿਬ ਦੇ ਕੋਲ ਤੇ ਇਹ ਸਾਰਾ ਕੀ ਪ੍ਰੀ ਪਲੈਨ ਸੀ ਕਿੱਦਾਂ ਇਹ ਹੋਇਆ ਇੱਕਦਮ ਤਾਂ ਹੋ ਨਹੀਂ ਸਕਦਾ ਕਿ ਓਵਰਨਾਈਟ ਚਲੋ ਜੀ ਆਪਾਂ ਉੱਥੇ ਜਾ ਕੇ ਪ੍ਰੋਗਰਾਮ ਕਰਦੇ ਹਾਂ ਅਤੇ ਉੱਥੇ ਨਗਰ ਕੀਰਤਨ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਬਈ ਸਾਰਾ ਸੋਚਿਆ ਸਮਝਿਆ ਸਾਕਾ ਹੋਣਾ ਪਿੱਛੇ ਦੇ ਕੁਝ ਨਾ ਕੁਝ ਜ਼ਰੂਰ ਹੋਊਗਾ ਸਰਕਾਰ ਆਪਣੀ ਸੀ ਜਿਵੇਂ ਆਪਾਂ ਅਕਾਲੀ ਦੇ ਕਹਿੰਦੇ ਹਾਂ ਸਾਹਿਬ ਇਸ ਤਰ੍ਹਾਂ ਤੁਸੀਂ ਸਹੀ ਫਰਮਾਇਆ ਕਿ 1978 ਦੇ ਵਿੱਚ ਉਸ ਸਮੇਂ ਅਕਾਲੀ ਦਲ ਤੇ ਜਨਸੰਘ ਦੀ ਕੋਲੀਸ਼ਨ ਗਵਰਨਮੈਂਟ ਸੀ ਜਾਂ ਸ਼ਾਇਦ ਜਨਤਾ ਪਾਰਟੀ ਸੀ, ਉਹਦਾ ਨੋਮਨਕਲੇਚਰ ਯਾਦ ਨਹੀਂ ਠੀਕ ਹੈ, ਹੈ ਤੇ ਔਰ ਇਹ ਇੱਕ ਬੜਾ ਹੀ ਮੈਂ ਸਮਝਦਾ ਵੱਡੀ ਐਡਮਿਨਿਸਟ੍ਰੇਟਿਵ ਚੁੱਕ ਹੋਈ ਹੈਗੀ ਉਸ ਸਮੇਂ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਹਾਂ ਜੋ ਹੈ ਇੱਕ ਸਿੱਖ ਧਰਮ ਦਾ ਪੰਥ ਦੇ ਸਿਰਜਣ ਦਾ ਦਿਹਾੜਾ ਹੈ, ਤਾਂ ਉਸ ਜੀ ਦਿਹਾੜੇ ਵਾਲੇ ਦਿਨ ਨਿਰੰਕਾਰੀਆਂ ਨੂੰ ਉੱਥੇ ਪਰਮਿਸ਼ਨ ਦੇਣਾ ਕਿ ਤੁਸੀਂ ਆਪਣਾ ਸਮਾਗਮ ਕਰ ਲਓ ਜੋ ਐਨੁਅਲ ਸਮਾਗਮ ਹੈ, ਇਹ ਬਹੁਤ ਵੱਡੀ ਇੱਕ ਭੁੱਲ ਹੋਈ। ਔਰ ਉਸ ਤੋਂ ਬਾਅਦ ਇੰਨਾ ਹੀ ਨਹੀਂ ਕਿ ਉਸ ਕਲੈਸ਼ ਨੂੰ ਵੀ ਅਵਾਇਡ ਕੀਤਾ ਜਾ ਸਕਦਾ ਸੀ ਕਿਉਂਕਿ ਪ੍ਰੋਸੈਸ਼ਨ ਜੋ ਸੀ ਨਿਰੰਕਾਰੀਆਂ ਦਾ ਉਹ ਸ਼ਹਿਰ ਚੋਂ ਨਿਕਲ ਕੇ ਰੇਲਵੇ ਗਰਾਊਂਡ 'ਚ ਪਹੁੰਚ ਗਿਆ ਸੀ ਜਿਸ ਸਮੇਂ ਪੁਲਿਸ ਫੋਰਸ ਸਲੋਲੀ ਵਿਦਡਰਾਅ ਹੋ ਗਈ ਤੇ ਥੋੜੇ ਜਿਹੇ ਮੁਲਾਜ਼ਮ ਤੇ ਇਧਰੋਂ ਦਰਬਾਰ ਸਾਹਿਬ ਤੋਂ ਸੰਤ ਭਿੰਡਰਾਂਵਾਲੇ ਤੇ ਅਖੰਡ ਕੀਰਤਨੀ ਜਥਾ ਇਹਨਾਂ ਦੇ ਫੋਲੋਅਰਸ ਜਿਹੜੇ ਸੀਗੇ ਸਾਹਿਬ ਫੌਜਾ ਸਿੰਘ ਸੀ ਜੋ ਉੱਥੇ ਸ਼ਹੀਦ ਹੋਏ ਉਹਨਾਂ ਨੇ ਜੀ ਦਰਬਾਰ ਸਾਹਿਬ ਤੋਂ ਕਰਨਾ ਆਰੰਭ ਕੀਤਾ। ਪੁਲਿਸ ਫੋਰਸ ਐਡੀਕੁਏਟ ਨਹੀਂ ਸੀਗਾ, ਉੱਥੇ ਜਦ ਪਹੁੰਚੇ ਤੇ ਉਹਨਾਂ ਤੇ ਗੋਲੀ ਚੱਲ ਗਈ ਤੇ ਦੇਹਾਂਤ ਹੋ ਗਿਆ। ਅਕਾਲੀ ਸਰਕਾਰ ਇਨ ਦਾ ਮੀਨ ਟਾਈਮ ਕੁਝ ਸਮੇਂ ਬਾਅਦ ਡਿਸਮਿਸ ਹੋ ਗਈ ਸੀਗੀ, ਔਰ ਇਹਨਾਂ ਦੀ ਜਿਹੜੀ ਟ੍ਰਾਇਲ ਸੀਗੀ ਨਿਰੰਕਾਰੀ ਚੀਫ ਮੁਖੀ ਦੀ ਤੇ ਹੋਰਾਂ ਦੀ ਉਹ ਪੰਜਾਬ ਤੋਂ ਬਾਹਰ ਟ੍ਰਾਂਸਫਰ ਹੋ ਗਈ ਕਰਨਾਲ। ਕਰਨਾਲ ਦੇ ਵਿੱਚ ਡਿਸਟ੍ਰਿਕਟ ਜੱਜ ਨੇ ਉਹਨਾਂ ਨੂੰ ਇਕੁਇਟ ਕਰ ਦਿੱਤਾ, ਔਰ ਉਸ ਜੀ ਸਮੇਂ ਦੇ ਫਿਰ ਗਵਰਨਰ ਜੋ ਸੀ ਗਵਰਨਰ ਰਾਜ ਸੀਗਾ ਉਹਨਾਂ ਨੇ ਇਸ ਇਕੁਇਟਲ ਦੇ ਖਿਲਾਫ ਅਪੀਲ ਦਾਇਰ ਨਹੀਂ ਕੀਤੀ ਹਾਈ ਕੋਰਟ 'ਚ। ਤੋਂ ਇਹਦੇ ਨਾਲ ਜੋ ਇੱਕ ਮੈਸੇਜ ਗਿਆ ਇਹ ਹੋ ਗਿਆ ਕਿ ਜੋ ਜਸਟਿਸ ਮਿਲਣਾ ਚਾਹੀਦਾ ਸੀ ਜੇ ਜੋ ਸ਼ਹੀਦ ਹੋਏ ਨੇ ਉਹਨਾਂ ਨੂੰ ਉਹ ਉਸ ਇੱਕ ਤਰ੍ਹਾਂ ਦੀ ਫੀਲਿੰਗ ਦੇ ਨਾਲ ਉਸ ਤਰ੍ਹਾਂ ਦੇ ਇੱਕ ਦੁਖਾਂਤ ਦੇ ਨਾਲ ਜਿਹੜਾ ਸੀਗਾ ਉਹ ਕਾਊਂਟਰ ਕਿਲਿੰਗ ਸ਼ੁਰੂ ਹੋ ਗਈਆਂ, ਨਿਰੰਕਾਰੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਤੁਸੀਂ ਠੀਕ ਦੱਸਿਆ ਕਿ ਓਏ ਜੇ ਜਸਟਿਸ ਮਿਲ ਜਾਂਦਾ ਸਾਨੂੰ ਇਨਸਾਫ ਮਿਲ ਜਾਂਦਾ ਉੱਥੇ ਸਾਡੇ ਸਹੀ ਗੱਲ ਹੈ 18 ਸਿੱਖ 18 ਸਿੱਖ ਸ਼ਹੀਦ ਕਰ ਦਿੱਤੇ ਨਿਹੱਥੇ ਸਿੱਖ ਗੋਲੀਆਂ ਨਾਲ ਬਿੰਨ ਦਿੱਤੇ ਮਗਰੋਂ ਕੋਈ ਟ੍ਰਾਇਲ ਨਹੀਂ ਕੋਈ ਜਸਟਿਸ ਨਹੀਂ ਕੋਈ ਸੁਣਵਾਈ ਨਹੀਂ ਇਹ ਸਾਰੀ ਹਨੇਰਗਰਦੀ ਦੇ ਵਿੱਚ ਇਹ ਮੈਂ ਇਹ ਕੀ ਸਮਝਦੇ ਤੁਸੀਂ ਕਿ ਇਹਦੇ ਨਾਲ ਜਿਹੜਾ ਵੀ ਬਾਅਦ 84 ਦਾ ਮੰਨਿਆ ਕਿ ਇਹਦੇ ਨਾਲ ਹੀ ਜਨਤਾ ਵਿੱਚ ਇੰਨਾ ਗੁੱਸਾ ਸੀ ਉਹਨਾਂ ਦੇ ਮਨਾਂ ਵਿੱਚ ਜਿਹਨਾਂ ਦੇ ਨਿਹੱਤੇ ਮਾਰੇ ਜਾਣ ਭਈ ਦੇਖੋ ਕੋਈ ਆਪਣੇ ਸਰਕਾਰ ਠੀਕ ਆ ਬਾਦਲ ਸਾਹਿਬ ਦੀ ਸਰਕਾਰ ਵਿਸ ਗਏ ਪਰ ਫਿਰ ਵੀ ਕੋਈ ਉਹਦਾ ਕੋਈ ਇਨਸਾਫ ਕਿਸੇ ਪਾਸੇ ਨਹੀਂ ਮਿਲਣਾ ਤੇ ਮੈਂ ਸਮਝਦਾ ਕਿ 84 ਦਾ ਇਹ ਮੁੱਢ ਬਚ ਜਾਂਦਾ ਹੈ ਨਹੀਂ, ਇਹ ਤੁਹਾਡੀ ਗੱਲ ਸਹੀ ਹੈ ਜੀ, ਲੇਕਿਨ ਇਹਦੇ 'ਚ ਮੈਂ ਇੱਕ ਚੀਜ਼ ਕਲੈਰੀਫਾਈ ਕਰ ਦਿਆਂ ਕਿ ਚਾਹੇ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਸੀਗੀ ਤੇ ਉਹਦੇ ਨਾਲ ਜਨਸੰਘ ਜਾਂ ਜਨਤਾ ਪਾਰਟੀ ਦੀ ਸੀਗੀ ਕੋਲੀਸ਼ਨ ਗਵਰਨਮੈਂਟ ਸੀਗੀ, ਲੇਕਿਨ ਇਹ ਗਵਰਨਮੈਂਟ ਬਾਅਦ 'ਚ ਬਰਖਾਸਤ ਕਰ ਤੇ ਗਵਰਨਰ ਰੂਲ ਦੇ ਵਿੱਚ ਇਹ ਇਹ ਕੇਸ ਜਿਹੜਾ ਸੀਗਾ ਅਲਟੀਮੇਟਲੀ ਕਰਨਾਲ ਹਰਿਆਣੇ 'ਚ ਟ੍ਰਾਂਸਫਰ ਹੋ ਗਿਆ, ਟ੍ਰਾਇਲ ਉੱਥੋਂ ਫੁਟਲ ਹੋ ਗਈ, ਪ੍ਰੋਪਰਲੀ ਸ਼ਾਇਦ ਪਰਸੂ ਨਹੀਂ ਹੋਇਆ, ਔਰ ਗਵਰਨਰ ਸਾਹਿਬ ਨੇ ਉਸ ਸਮੇਂ ਦੇ ਨੇ ਆਪ ਅਪੀਲ ਨਾ ਕੀਤੀ। ਤੋ ਇਹਦੇ ਨਾਲ ਇੱਕ ਜੋ ਇੱਕ ਮੈਸੇਜ ਗਿਆ ਸਿੱਖ ਮਾਸਟਰਸ ਦੇ ਵਿੱਚ ਉਹ ਇਹੀ ਸੀ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਇਸੇ ਕਰਕੇ ਮੈਂ ਜਿਹੜਾ ਐਕਸਪ੍ਰੈਸ਼ਨ ਯੂਜ਼ ਕਰ ਰਿਹਾ ਹੈਗਾ ਉਹ ਰੈਟਰੀਬਿਊਸ਼ਨ ਹੈ ਕਿ ਰੈਟਰੀਬਿਊਸ਼ਨ 'ਚ ਆ ਕੇ ਸਿੰਘਾਂ ਨੇ ਉਹ ਕਾਊਂਟਰ ਕਿਲਿੰਗਸ ਜਿਹੜੀਆਂ ਸੀਗੀਆਂ, ਹਾਲਾਂਕਿ ਜਿਹੜੀਆਂ ਬਾਅਦ ਦੀਆਂ ਕਿਲਿੰਗਸ ਹੋਈਆਂ ਉਹਨਾਂ ਨੇ ਨਹੀਂ ਸੀ ਮਾਰੇ ਸਿੰਘ ਅਪ੍ਰੈਲ 78, ਲੇਕਿਨ ਕਿਉਂਕਿ ਉਹ ਨਿਰੰਕਾਰੀ ਸੀ ਜਾਂ
ਸਮਝਿਆ ਜਾਂਦਾ ਸੀਗਾ ਕਿ ਉਹ ਨਿਰੰਕਾਰੀਆਂ ਦੇ ਸਿੰਪੈਥੈਟਿਕ ਨੇਗੇ, ਉਹਨਾਂ ਦੇ ਸਹਿਯੋਗੀ ਨੇ, ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਕਿਲਿੰਗ ਉਹ ਸ਼ੁਰੂ ਹੋ ਗਈ। ਠੀਕ ਹੈ ਅਰੇ ਕਿਲਿੰਗ ਸਦਾ ਸੈਵਨ ਹਾਂਜੀ ਏਟੀ 81 ਤੱਕ ਚੱਲਦੀਆਂ ਰਹਿੰਦੀਆਂ ਜੀ। ਹਾਂਜੀ ਅਤੇ ਸਰਦਾਰ ਸਾਹਿਬ ਆਪਾਂ ਉਹ ਮੇਰੀ ਗੱਲ ਕੀ ਆਪਾਂ ਥੋੜ੍ਹੇ ਜੰਪ ਕਰਕੇ ਮੈਂ ਪਹਿਲਾਂ ਇਹ ਜਾਣਨਾ ਚਾਹਾਂ ਜੀ ਕਿਉਂਕਿ ਕਿਤਾਬ ਤੁਹਾਡੀ ਹੁਣੇ ਰਿਲੀਜ਼ ਹੋਈ ਹੈ ਅਤੇ ਮੈਂ ਆਪ ਨਹੀਂ ਜੀ ਸਾਰੀ ਪੜ੍ਹੀ, ਮੈਂ ਵੀ ਵਿੱਚੋਂ ਵਿੱਚੋਂ, ਅਤੇ ਜੀ ਜੇ ਤੁਸੀਂ ਸੰਖੇਪ ਕਰਕੇ ਇਹ ਇਹਦੀ ਕਿਤਾਬ ਦੀ ਬਣਤਰ ਦੱਸ ਦਿਓ, ਇਹਦੇ ਵਿੱਚ ਕਿੱਥੋਂ ਚੱਲ ਕੇ ਤੁਸੀਂ ਕਿੱਥੇ ਪਹੁੰਚੇ ਹਾਂ, ਜਿਹੜੇ ਫੈਕਟਸ ਇਕੱਠੇ ਕੀਤੇ ਨੇ ਤਾਂ ਕਿ ਸੁਰਤਿਆਂ ਨੂੰ ਪਤਾ ਲੱਗ ਸਕੇ ਵੀ ਹਾਂ ਆਹ ਕਿਤਾਬ ਵਿੱਚ ਆ ਆਇਆ ਅਤੇ ਅਟ੍ਰੈਕਸ਼ਨ ਬਣਦੇ ਪਏ ਉਸ ਅਸੀਂ ਪੜ੍ਹਨਾ। ਬਰੀਫਲੀ ਤੁਸੀਂ ਉਹਦੇ ਵਿੱਚ ਚੈਪਟਰ ਜਾਂ ਕਿਹੜੇ ਇੰਸੀਡੈਂਟਸ ਕਵਰ ਕੀਤੇ ਨੇ? ਸਾਹਿਬ ਇਸ ਤਰ੍ਹਾਂ ਹੈ ਕਿ ਇਹ ਕਿਤਾਬ ਤਕਰੀਬਨ ਲਗਭਗ 570-72 ਸਫ਼ਿਆਂ ਦੀ ਹੈਗੀ ਹੈ ਔਰ ਜੀ ਇਹਦੇ ਦੋ ਭਾਗ ਨੇ। ਦੂਜਾ ਭਾਗ ਇਹਦਾ ਹਿਸਟੋਰੀਕਲ ਬੈਕਗ੍ਰਾਉਂਡ ਹੈ, ਚਾਹੇ ਉਹ ਦੂਜਾ ਭਾਗ ਹੈ ਲੇਕਿਨ ਅਸਲੀ ਇਤਿਹਾਸ ਉੱਥੇ ਹੀ ਸ਼ੁਰੂ ਹੁੰਦਾ ਹੈ ਜਿਹਦੇ ਵਿੱਚ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਸਿੱਖ ਪੰਥ ਦਾ ਜਦ ਸਿੱਖ ਧਰਮ ਮਤਲਬ ਆਰੰਭ ਹੋਇਆ, ਬਾਬਾ ਨਾਨਕ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿੱਖ ਧਰਮ ਚਲਾਇਆ, ਉਸ ਸਮੇਂ ਤੋਂ ਲੈ ਕੇ ਸਾਰੀ ਹਿਸਟਰੀ ਟਰੇਸ ਕੀਤੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਇੰਟਰ ਕਮਿਊਨਿਟੀ ਰਿਲੇਸ਼ਨਸ਼ਿਪਸ ਕੀ ਸੀਗੀਆਂ, ਬ੍ਰਿਟਿਸ਼ ਟਾਈਮ ਦੇ ਉੱਤੇ ਕੀ ਸੀਗੀਆਂ, ਫਿਰ ਜਦ ਪਾਰਟੀਸ਼ਨ ਹੋਇਆ ਇੰਡੀਆ ਦਾ, ਪਾਕਿਸਤਾਨ ਬਣਿਆ, ਉਦੋਂ ਕੀ ਸਿਚੁਏਸ਼ਨ ਸੀ, ਪੋਸਟ ਇੰਡੀਪੈਂਡੈਂਸ 47 'ਚ ਕੀ ਰਿਲੇਸ਼ਨ, ਕਿੱਦਾਂ ਪੰਜਾਬੀ ਸੂਬੇ ਦੀ ਜੋ ਹੈ ਜਦੋਂ ਜਹਿਦ ਚੱਲੀ, ਅਲਟੀਮੇਟਲੀ ਪੰਜਾਬੀ ਸੂਬਾ ਬਣਿਆ, ਉਸ ਤੋਂ ਬਾਅਦ ਕਿਸ ਤਰ੍ਹਾਂ ਰੈਡੀਕਲਿਜ਼ਮ ਜੋ ਹੈ ਜਿਹਨੂੰ ਅਸੀਂ ਅੱਤਵਾਦ ਵੀ ਕਹਿ ਦਿੰਦੇ ਹਾਂ ਉਹ ਪਣਪਿਆ, ਕਿਉਂ ਪਣਪਿਆ, ਕਿਸ ਤਰ੍ਹਾਂ ਪਣਪਿਆ, ਉਹਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਗਿਆ, ਉਹ ਤਾਂ ਇੱਕ ਪਾਰਟ ਹੈ ਜੀ ਹਿਸਟੋਰੀਕਲ ਬੈਕਗਰਾਊਂਡ। ਦੂਜਾ ਕਿਉਂਕਿ ਇਹ ਤਾਂ ਇਤਿਹਾਸ ਹੈਗਾ, ਆਮ ਤੌਰ 'ਤੇ ਮੇਰਾ ਐਕਸਪੀਰੀਅੰਸ ਹੈ ਵੀ ਰੀਡਰਸ ਜ਼ਿਆਦਾ ਇਤਿਹਾਸ 'ਚ ਇੰਟਰਸਟ ਨਹੀਂ ਹੁੰਦੇ, ਉਹ ਜੋ ਹੁਣੀ ਵਾਪਰਿਆ ਹੁੰਦਾ ਰੀਸੈਂਟ ਟਾਈਪ ਦੇ ਵਿੱਚ ਉਹਦੇ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ। ਇਸ ਦੇ ਵਿੱਚ ਮੈਂ ਇਹੀ ਸੰਤ ਜਰਨੈਲ ਸਿੰਘ ਉਹਨਾਂ ਦੇ ਸਮੇਂ ਤੋਂ ਲੈ ਕੇ ਜਦ ਅਕਾਲੀ ਨਿਰੰਕਾਰੀ ਸਿੱਖ ਨਿਰੰਕਾਰੀ ਕਲੈਸ਼ ਹੋਇਆ ਉਸ ਸਮੇਂ ਤੋਂ ਟਰੇਸ ਕਰਕੇ ਜੈਨਸਿਸ, ਉਸ ਤੋਂ ਬਾਅਦ ਜੋ ਨਿਰੰਕਾਰੀ ਮੁਖੀ ਸੀ ਉਹਦਾ ਮਰਡਰ ਹੋਇਆ, ਦੂਜੇ ਹੋਰ ਕਈ ਪਤਵੰਤੇ ਪੰਜਾਬ ਦੇ ਉਹਨਾਂ ਦਾ ਮਰਡਰ ਹੋਇਆ, ਤਾਂ ਉਹ ਟਰੇਸ ਕੀਤੀ ਹੈ ਸਾਰੀ ਹਿਸਟਰੀ ਕਿ ਕਿਸ ਤਰ੍ਹਾਂ ਵਾਇਲੈਂਸ ਪੰਜਾਬ ਦੇ ਵਿੱਚ ਆਈ, ਕਿਸ ਤਰ੍ਹਾਂ ਵਾਇਲੈਂਸ ਵਧੀ ਔਰ ਵੱਧਦੇ ਵੱਧਦੇ ਕਿਵੇਂ ਅਲਟੀਮੇਟਲੀ ਇਹਦੇ 'ਚ ਦੋਨੋਂ ਮੋਰਚੇ, ਜਿੱਦਾਂ ਕਪੂਰੀ ਦਾ ਮੋਰਚਾ ਸੀਗਾ, ਹਰ ਮੋਰਚਾ ਲੱਗਿਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਆਪਣਾ ਚਲਾਇਆ ਸੀਗਾ ਜਿਹਦੇ 'ਚ ਬਾਬਾ ਥੜਾ ਸਿੰਘ ਅਤੇ ਅਮਰੀਕ ਸੋਹਣਾ ਨੂੰ ਸਰਕਾਰ ਨੇ ਫੜ ਲਿਆ ਸੀ, ਉਹਨਾਂ ਦਰਬਾਰਾ ਸਿੰਘਰ ਉਹਨਾਂ ਨੂੰ ਛਡਾਉਣ ਦੇ ਲਈ ਉਹਨਾਂ ਨੇ ਇੱਕ ਮੋਰਚਾ ਲਾਇਆ, ਕਿਸ ਤਰ੍ਹਾਂ ਫਿਰ ਇੱਕ ਕਪੂਰੀ ਵਾਲਾ ਨਹਿਰ ਵਾਲਾ ਐਸ ਵਾਈ ਵਾਲਾ ਕਨਾਲ ਵਾਲਾ ਉਹ ਮੋਰਚਾ ਅੰਮ੍ਰਿਤਸਰ ਹੋਇਆ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਸੰਤ ਲੌਂਗੋਵਾਲ ਨੇ ਦੇ ਜੁਆਇੰਟ ਹੈਂਡਸ ਐਂਡ ਇੱਕ ਧਰਮ ਯੁੱਧ ਮੋਰਚੇ ਦਾ ਆਰੰਭ ਹੋਇਆ। ਉਹ ਕੀ ਡਿਮਾਂਡ ਸੀਗੀਆਂ ਪੰਜਾਬ ਦੀਆਂ ਉਹ ਸਾਰੀਆਂ ਡਿਟੇਲ ਕਿਵੇਂ ਨੈਗੋਸੀਏਸ਼ਨ ਹੋਈਆਂ, ਤਕਰੀਬਨ ਲਗਭਗ 26 ਮੀਟਿੰਗਾਂ ਕੇਂਦਰੀ ਸਰਕਾਰ ਅਤੇ ਸਿੱਖ ਜਥੇਬੰਦੀਆਂ ਦੇ ਨਾਲ ਉਹਨਾਂ ਦੀਆਂ ਹੋਈਆਂ ਓਵਰ ਏ ਪੀਰੀਅਡ ਆਫ ਲੌਂਗ ਟਾਈਮ ਆਲਮੋਸਟ 2 ਈਅਰਸ, ਤੋਂ ਅਲਟੀਮੇਟਲੀ ਕਿਵੇਂ ਯੂਨੀਅਨ ਕੈਬਨਿਟ ਨੇ ਇਹ ਮੰਡੇਟ ਕੀਤਾ ਇੱਕ ਰੈਜ਼ੋਲੂਸ਼ਨ ਪਾ ਕੇ ਕਿ ਫੌਜ ਜਿਹੜੀ ਹੈ ਉਹ ਏਡ ਟੂ ਸਿਵਲ ਅਥਾਰਿਟੀ ਪੰਜਾਬ 'ਚ ਜਾਵੇ, ਕਿਸ ਤਰ੍ਹਾਂ ਉਹਨਾਂ ਨੇ ਦਰਬਾਰ ਸਾਹਿਬ ਨੂੰ ਫੌਜ ਨੂੰ ਜਿਹੜਾ ਹੈਗਾ ਉਹ ਆਦੇਸ਼ ਦੇ ਕੇ ਉੱਥੇ ਐਕਸ਼ਨ ਹੋਇਆ, ਅਤੇ ਉਸ ਉਹ ਐਕਸ਼ਨ ਦੀਆਂ ਜਿਹੜਾ ਬਲੂ ਸਟਾਰ ਤੁਸੀਂ ਕਹਿ ਰਹੇ ਹੋ ਉਹਦੇ 'ਤੇ ਮੇਰੇ ਤਕਰੀਬਨ 4-5 ਚੈਪਟਰ ਲਿਖੇ ਨੇਗੇ, ਮੈਂ ਉੱਥੇ ਨਹੀਂ ਸੀਗਾ, ਆਈ ਵਿਟਨੈਸ ਨਹੀਂ ਸੀ, ਲੇਕਿਨ ਜੋ ਵਾਪਰਿਆ ਉਹ ਸਾਰਾ ਅਫਸਰਾਂ ਨਾਲ ਤਾਲਮੇਲ ਕਰਕੇ ਬਾਅਦ 'ਚ ਜੋ ਸਾਰੀ ਡਿਟੇਲਸ ਮਿਲੀ ਐਕਸ਼ਨ ਤੋਂ ਬਾਅਦ ਮੈਂ ਵੀ ਗਿਆ ਗਾ ਉੱਥੇ ਦਰਬਾਰ ਸਾਹਿਬ ਦੇ ਅੰਦਰ ਦੇਖਿਆ ਵਗੈਰਾ, ਤੋ ਉਹ ਸਾਰਾ ਹਵਾਲਾ ਦੇ ਕੇ ਡਿਟੇਲਸ ਜਿਹੜੀਆਂ ਨੇਗੀਆਂ ਉਹ ਦਿੱਤੀਆਂ ਨੇ। ਉਦੋਂ ਬਾਅਦ ਫਿਰ ਕਿਸ ਤਰ੍ਹਾਂ ਜਿਹੜਾ ਸੀ ਉਦੋਂ ਦੇ ਪ੍ਰਾਈਮ ਮਿਨਿਸਟਰ ਮਿਸਿਸ ਇੰਦਰਾ ਗਾਂਧੀ ਜੀ ਦਾ ਮਰਡਰ ਹੋਇਆ, ਫਿਰ ਕਿਵੇਂ ਦਿੱਲੀ ਦੇ ਵਿੱਚ ਹਿੰਦੁਸਤਾਨ ਦੇ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਵਾਇਲੈਂਸ ਹੋਈ, ਹੈਂਜੀ ਰੈਟਰੀਬਿਊਸ਼ਨ ਹੋਈ, ਤੋ ਇਹ ਸਾਰਾ ਡਿਟੇਲਸ ਦਿੱਤੀਆਂ ਨੇਗੀਆਂ। ਅਤੇ ਇਸ ਤੋਂ ਇਲਾਵਾ ਫਿਰ ਕਿਸ ਤਰ੍ਹਾਂ ਜੋ ਹੈ ਦੂਜੇ ਓਪਰੇਸ਼ਨ ਜਿਹੜੇ ਨੇ ਵੁੱਡਰੋਜ਼, ਬਲੈਕ ਥੰਡਰ 1, ਬਲੈਕ ਥੰਡਰ
ठीक हुए, किस तरह पड़पिया अतवाद, किस तरह पाकिस्तान ने जो है मदद की कुछ खाड़कू जथेबंदियां दी, किस जी तरह जी वेपन्स आए, ट्रेनिंग हुई, ते किस तरह फॉरेन फोर्सेस ने इन्हें एक्सप्लॉइट किया, किस तरह पंजाबी डायसपोरा जिहड़ा बाहर बैठा है उन्हां दा रिएक्शन की उन्हें होया, सपोर्ट। उहदियां डिटेल्स अच्छा हैगियां। ते सो जिन्नियां सरकारी अदारे ने गए, चाहे वह पुलिस है, चाहे वह फौज है, चाहे वह सिविल एडमिनिस्ट्रेशन है, उन्होंने इस किस तरह हैंडल किया या मिस हैंडल किया, बोथ कह लो, है जी, वो दित्तियां ने। ते सारों वड्डी गल जिहड़ी है ना जी, इहदे च ये है कि मैं जिस तरह तुसीं ठीक फरमाया, एक किताब ब्लू स्टार तो 38 ईयर्स बाद छपी है, हाँ क्योंकि मैं जी सरकार 2009 च मैं रिटायर होया, रिटायर होकर फिर मेरी द्वारा द्वारा सेंट रीइंप्लॉयमेंट हो गई, मैं चीफ इंफॉर्मेशन कमिश्नर सीगा आरटीआई एक्ट के अंदर। तो जी इस समय कोड ऑफ कंडक्ट मेरी जिहड़ी सी एज ए सिविल सर्वेंट, मैं कुछ कह सकदा, बोल सकदा, लिख सकदा। तो रिटायर तो बाद एडवांटेज लेकिन मैनू जिहड़ा होया वो है कि 38 सालों के पीरियड के विच बहुत सारिया किताबां लिखिया गई, कई उन्हां चो आई अकाउंट भी आए, कई बड़े बड़े जी उगे पत्रकार, प्रोमिनेंट पीपल जिदा कुलदीप नैयर मार्क सन, टवेन ये है जी, मार्क टली इंग्लैंड दे ने, हाँ उत्थे मार्क टवेन बीबीसी दे ये कॉरेस्पोंडेंट सर मार्क जी टली, उन्होंने लिखी, उन्होंने लिखी, इवन फौज दे अफसरां ने जिदे च जनरल के एस बराड़ जो उस समय इंचार्ज सन फौज दे अमृतसर दे विच दरबार हाँ साहिब उन्होंने भी दे जो लिखा जो बाबा, जी उन्होंने है, एक ब्रिगेडियर गुराया सन उन्होंने भी लिखी है, होर कई फौजी जनरलों ने बाद दे विच इस सारे दुखांत दा वर्णन जरूर किया, किताबां उन्हां दी शायद अपनियां ऑटोबायोग्राफी हो या अदरवाइज करंट अफेयर्स दे उत्ते वो किताबां आईयां। तो मेरा एफर्ट ये रहा है कि सारे लिटरेचर नूं एक बार पढ़ के देख लिया जाए, ते जो गल उहदे च सही नहीं है लिखी हुई उहनूं मेंशन करके क्यों सही नहीं है ये भी दर्शाया जाए, ठीक क्योंकि मैं ये समझता सीगा कि किताबां तो अलावा ना जी एक वर्ड ऑफ माउथ के नाल कई कंटेस्टिंग ट्रूथ्स जिन्हों असी कहने हैं, कई तरह दी सच्चाइयां जिहड़ियां नेगियां वो वर्ड ऑफ माउथ के नाल वो फैलियां होईयां सन, उन्हों चाहे पोस्ट ट्रूथ कह लो, कंटेस्टिंग ट्रूथ कह लो, कंटेस्टिंग ठीक है अनट्रूथ्स कह लो, वो जिदा आप ओरल हिस्ट्री कहने हैं भी सुन सुनाई गल की जिहड़ी हैगी वो चली जा रही सी, तो वो सारिया चीज़ां क्लैरिफाई करना चाहता सी। मेरा एफर्ट ये सीगा ये सारी किताब लिखने का कि बहुत वड्डा दुखांत है, इतिहास नूं भुलिया नहीं जाता, लेकिन समा आ गया है कि हुण असी सारे इस नाल जे विचार वटांदरा करना एनालाइज कर सकिए। डायलॉग हाँ करना ठीक करके इहनूं सो एक क्लोजर दिता जाए जी, ठीक ताकि है कौम जे बहुत है। हाँ बहुत बहुत धन्यवाद थोड़ा। तुम तो ब्रीफली महाराजा रणजीत सिंह तो लैके हूँ तक जो इतिहास है वो एक कैटलॉग बना दिता, तो खास करके आप गल कर रहे हैं दुखान की 84 की, वो हूँ गल करिए आप, क्योंकि तुम यू हैड इनसाइड इन्फॉर्मेशन गवर्नमेंट में होने करके कि ब्लू स्टार ऑपरेशन बन तो कर तो पहला अकालिया ना जा लीडर ना प्राइम मिनिस्टर दे जा उन्हां दे डिपार्टमेंट दिया कि इनू सुलझाउण वास्ते कोई मीटिंगा नहीं हुई, जा मीटिंग हुई तो लास्ट मीटिंग कहड़ी सी, की उहदा फल सूब निकलिया। जी इस तरह जी कि जब धर्म युद्ध मोर्चा शुरू किया गया जी दरबार साहब तो, उस समय तकरीबन 10 एक मंगा अकाली दल दियां जिहड़ियां सन वो सीगियां जिहड़ी उन्होंने रखियां, ओरिजिनल 81 च 45 सी, वो रिड्यूस करते 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 10 रह गईयां सीगियां। जी उस समय जिहड़ी अपोजिशन पार्टीज नूं भी चिट्ठी लिखी गई अकाली दल वल्लों, उहदे च दर्शाईयां गईयां वी आह साडियां 10 मुख डिमांड्स ने। तो ये डिमांड कुछ से धार्मिक सन, कुछ सैकुलर सन, है जी, ये कुछ मैं समझ जाएगा कि पॉलिटिकल सीगियां। हाँ सैकुलर जी डिमांड आ जाता एग्जाम्पल पंजाब के पानी की वंड का मसला, है जी, धार्मिक आ जाता जिदा गुरबाणी का प्रसारण दरबार साहब तो, या एक ट्रेन नू जिहड़ा सीगा ओहदा रीनेमिंग हाँ करना, या जी ओल्ड सिटी दे विच तंबाकू ते मीट दी जिहड़ी है सेल नू बंद करना, हाँ तीजा
ਜਿਹੜਾ ਸੀ ਉਹ ਪੋਲੀਟੀਕਲ ਡਿਮਾਂਡਸ ਦਾ ਸੀਗਾ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹਦੇ ਵਿੱਚ ਆ ਜਾਂਦਾ ਹੈ ਫੈਡਰਲ ਰਿਲੇਸ਼ਨਸ, ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ। ਤੇ ਉਹਦੇ ਲਈ ਇੱਕ ਰੈਜ਼ੋਲੂਸ਼ਨ ਪਾਇਆ ਸੀਗਾ ਅਕਾਲੀ ਦਲ ਨੇ, ਜਿਹਨੂੰ ਕਿ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਕਹਿੰਦੇ ਆਪਾਂ। ਉਹਦੇ 'ਚ ਕਈ ਡਿਮਾਂਡ ਸੀਗੀਆਂ, ਲੇਕਿਨ ਮੇਨ ਡਿਮਾਂਡ ਉਹਦੇ ਜਿਹੜੀ ਜਿਹੜੀ ਕਿ ਕਨਫਲਿਕਟ ਦਾ ਕੌਜ਼ ਬਣ ਗਈ ਉਹ ਇਹ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੇ ਉੱਤੇ ਸੀਗਾ। ਉਹਦੇ ਵਿੱਚ ਸੈਂਟਰ ਕਿਹਾ ਵੀ ਇਹ ਅਕਾਲੀ ਦਲ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਦਾ ਵੱਖਵਾਦ ਦੀ ਗੱਲ ਕਰਦਾ ਹੈ ਇਸ ਰੈਜ਼ੋਲੂਸ਼ਨ ਦੇ ਨਾਲ। ਅਕਾਲੀ ਦਲ ਨੇ ਕਿਹਾ ਨਹੀਂ, ਅਸੀਂ ਚਾਹੁੰਦੇ ਹਾਂ ਕਿ ਇੱਕ ਟਰੂ ਫੈਡਰਲ ਰਿਲੇਸ਼ਨਸ਼ਿਪ ਜਿਹੜਾ ਹੈਗਾ ਸੈਂਟਰ ਔਰ ਸਟੇਟ ਦੇ ਵਿੱਚ ਹੋਣਾ ਚਾਹੀਦਾ, ਜਿਹਦੇ 'ਚ ਸਟੇਟਾਂ ਨੂੰ ਆਪਣਾ ਜੋਗ੍ਰਾਫੀਕਲ ਏਰੀਏ ਦੇ ਵਿੱਚ ਪੂਰੀ ਫਰੀਡਮ ਹੋਣੀ ਚਾਹੀਦੀ ਹੈ ਟੂ ਰਨ ਦੇਅਰ ਸਟੇਟ ਐਡਮਿਨਿਸਟ੍ਰੇਸ਼ਨ। ਤੋਂ ਇਹ ਕਨਫਲਿਕਟ ਚੱਲਦਾ ਰਿਹਾ, ਇਹਦੇ 'ਤੇ ਕਈ ਮੀਟਿੰਗਾਂ ਹੋਈਆਂ ਜੀ, ਇੱਕ ਨਹੀਂ 26 ਮੀਟਿੰਗਾਂ ਟੋਟਲ ਹੋਈਆਂ। ਕਈ ਵਾਰ ਮੋਰਲੈਸ ਇੱਕ ਤਰ੍ਹਾਂ ਦਾ ਕੰਸੈਂਸਸ ਵੀ ਅਰਾਈਵ ਹੋ ਗਿਆ ਸੀ ਵੀ ਆਹ ਗੱਲਾਂ ਮੰਨ ਲਓ। ਉਹਦੇ 'ਚ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਪੋਜੀਸ਼ਨ ਲੀਡਰਾਂ ਦੇ ਨਾਲ ਵੀ ਮੀਟਿੰਗਾਂ ਹੋਈਆਂ, ਤਿੰਨ ਟ੍ਰਾਈ ਪਾਰਟਾਈਟ ਜਿਹਨੂੰ ਕਹਿੰਦੇ ਆ, ਵੀ ਸਰਕਾਰ ਆ ਗਈ ਤੇ ਅਕਾਲੀ ਦਲ ਆ ਗਿਆ ਤੇ ਅਪੋਜੀਸ਼ਨ ਮੇਨ ਜਿਹੜੀਆਂ ਨੇ ਹਿੰਦੁਸਤਾਨ ਦੀਆਂ ਉਹ ਆ ਗਈਆਂ। ਇਸ ਤੋਂ ਇਲਾਵਾ ਪ੍ਰਾਈਮ ਮਿਨਿਸਟਰ ਸਾਹਿਬਾਂ ਦੇ ਨਾਲ ਵੀ 3 ਮੀਟਿੰਗਾਂ ਹੋਈਆਂ। ਰਾਜੀਵ ਗਾਂਧੀ ਵੀ ਉਸਨੇ ਅਜੇ ਪ੍ਰਾਈਮ ਮਿਨਿਸਟਰ ਨਹੀਂ ਸੀ ਬਣੇ, ਉਹ ਵੀ ਵਿੱਚ ਕਈ ਵਾਰ ਬੈਠੇ ਨੇ। ਔਰ ਕਈ ਉੱਘੇ ਪਰਸਨੈਲਿਟੀਜ਼ ਜਿਹੜੀਆਂ ਹੈਗੀਆਂ ਸਿੱਖ ਪਰਸਨੈਲਿਟੀਜ਼ 'ਚ, ਜਿਹਨਾਂ 'ਚ ਮੈਂ ਤੁਹਾਨੂੰ 3 ਨਾਂ ਲੈ ਦਿੰਦਾ। ਲੇਟ ਸਰਦਾਰ ਸਵਰਨ ਸਿੰਘ ਜੋ ਪੰਜਾਬ ਹਿੰਦੁਸਤਾਨ ਦੇ ਫੋਰਨ ਅਫੇਅਰ ਮਿਨਿਸਟਰ, ਬੜੇ ਲੰਬੇ ਅਰਸੇ ਬੜੇ ਵੈਲ ਰਿਸਪੈਕਟਡ ਪਰਸਨੈਲਿਟੀ, ਉਹਨਾਂ ਨੂੰ ਵੀ ਲਿਆ ਗਿਆ। ਤੇ ਇਸ ਤੋਂ ਇਲਾਵਾ ਸਾਹ ਹਰਕ੍ਰਿਸ਼ਨ ਸਿੰਘ ਸੁਰਜੀਤ ਸੀ, ਉਹ ਕਮਿਊਨਿਸਟ ਲੀਡਰ ਸੀਗੇ, ਕਾਫੀ ਡੋਮੀਨੈਂਟ ਹੈਗਾ ਪੰਜਾਬ ਹਿੰਦੁਸਤਾਨ ਐਡਮਿਨਿਸਟ੍ਰੇਸ਼ਨ ਦੇ ਵਿੱਚ, ਖਾਸ ਕਰਕੇ ਨਰਸਿਮਹਾ ਰਾਓ ਉਹਨਾਂ ਦੇ ਸਮੇਂ ਵਿੱਚ ਬਾਅਦ 'ਚ ਆ ਕੇ। ਉਹ ਕੈਪਟਨ ਅਮਰਿੰਦਰ ਸਿੰਘ ਜੋ ਕਿ ਉਸ ਸਮੇਂ ਰਾਜੀਵ ਗਾਂਧੀ ਦੇ ਨਾਲ ਸਨ, ਉਹਨਾਂ ਦੇ ਦੋਸਤ ਸਨ, ਇਕੱਠੇ ਪੜ੍ਹੇ ਸਨ। ਤੋ ਇਹ ਤਿੰਨਾਂ ਸ਼ਖਸਾਂ ਨੇ ਇਹ ਰਿਕਾਰਡ ਤੇ ਲਿਆਂਦਾ, ਔਰ ਮੈਂ ਕਿਤਾਬ 'ਚੋਂ ਸਾਰੇ ਡਿਟੇਲ ਵਰਣਨ ਕੀਤਾ ਹੈ ਕਿ ਕਿਸ ਤਰ੍ਹਾਂ ਗੱਲਬਾਤ ਹੋ ਕੇ ਇੱਕ ਤਰ੍ਹਾਂ ਦਾ ਫੈਸਲਾ ਹੋ ਕੇ ਫਿਰ ਜਿਹੜੀ ਸੀਗੀ ਉਹ ਗੱਲ ਟੁੱਟਦੀ ਰਹੀ ਹੈ। ਹਾਂਜੀ, ਔਰ ਉਹਦੇ 'ਚ ਜੋ ਕੰਕਲੂਜਨ ਨਿਕਲਦਾ ਹੈ ਉਹ ਇਹ ਜ਼ਿਆਦਾ ਹੈ ਕਿ ਜ਼ਿਆਦਾ ਤੌਰ 'ਤੇ ਉਸ ਸਮੇਂ ਦੀ ਕੇਂਦਰੀ ਸਰਕਾਰ ਦੇ ਕੁਛ ਲੀਡਰਸ ਜਿਹੜੇ ਸਨ ਉਹ ਆਪਣਾ ਹੱਥ ਮੋੜਦੇ ਰਹੇ ਨੇ ਹਰ ਬਾਤ ਪਿੱਛੇ। ਕੈਪਟਨ ਸਿੰਘ ਨੇ ਤੇ ਇੱਕ ਬਲਕਿ ਇੱਥੋਂ ਤੱਕ ਲਿਖ ਦਿੱਤਾ ਆਪਣੀ ਆਟੋਬਾਇਓਗ੍ਰਾਫੀ 'ਚ ਕਿ ਉਹਨਾਂ ਨੇ 2 ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਨਾਲ ਵੀ ਮੀਟਿੰਗ ਫਿਕਸ ਕਰਾਤੀ ਸੀਗੀ ਰਾਜੀਵ ਗਾਂਧੀ ਦੀ। ਇੱਕ ਵਾਰ ਤੇ ਜਹਾਜ਼ ਵੀ ਤਿਆਰ ਹੋ ਗਿਆ, ਉੜਨ ਵਾਲੇ ਸਨ ਹਾਂਜੀ ਮੀਟਿੰਗ ਦੇ ਲਈ, ਲੇਕਿਨ ਲਾਸਟ ਮਿੰਟ ਤੇ ਕਿਸੇ ਨੇ ਜਿਹੜੀ ਸੀਗੀ ਵਿੱਚ ਉਹ ਠਿੱਬੀ ਮਾਰ ਕੇ ਉਹ ਗੱਲ ਰੋਕ ਦਿੱਤੀ ਗਈ। ਜਿੱਥੇ ਤੱਕ ਬਲੂ ਸਟਾਰ ਦਾ ਤਾਲੁਕ ਹੈ, ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੋ ਤੱਥ ਸਾਹਮਣੇ ਆਏ ਨੇ ਉਹ ਇਹ ਹਨ ਕਿ ਮਈ ਦੇ ਮਿਡਲ ਦੇ ਵਿੱਚ 1984 ਮਈ ਦੇ ਮਹੀਨੇ ਦੇ ਵਿੱਚ ਯੂਨੀਅਨ ਦੀ ਕੋਈ ਛੋਟੀ ਕਮੇਟੀ ਦੀ ਮੀਟਿੰਗ ਹੋਈ, ਜਿਹਦੇ 'ਚ ਇਹ ਫੈਸਲਾ ਲੈ ਲਿਆ ਗਿਆ ਕਿ ਫੌਜ ਨੂੰ ਏਡ ਫੋਰ ਸਿਵਲ ਐਡਮਿਨਿਸਟ੍ਰੇਸ਼ਨ, ਵਿਚ ਇਜ਼ ਦਾ ਲੀਗਲ ਟਰਮੀਨੋਲੋਜੀ, ਕਿ ਐਕਸ਼ਨ ਕਰੋ ਜਾ ਕੇ ਉੱਥੇ, ਇਹਦਾ ਲਿਆ ਗਿਆ। ਔਰ ਉਸ ਮੀਟਿੰਗ 'ਚ ਬਾਅਦ 'ਚੋਂ ਹਿੰਦੁਸਤਾਨ ਦੇ ਆਪਣੇ ਰਾਸ਼ਟਰਪਤੀ ਬਣੇ ਨੇਗੇ, ਬੜੇ ਸਤਿਕਾਰਯੋਗ ਨੇ ਉਹ ਵੀ, ਪ੍ਰਣਬ ਮੁਖਰਜੀ, ਉਹ ਉਸ ਟਾਈਮ ਫਾਈਨੈਂਸ ਮਿਨਿਸਟਰ ਸਨ ਇੰਦਰਾ ਗਾਂਧੀ ਜੀ ਦੀ ਮੀਟਿੰਗ ਦੇ ਕੈਬਨਿਟ 'ਚ, ਤੇ ਉਹਨਾਂ ਨੇ ਰਿਕਾਰਡ ਕਿ ਵੀ ਮੈਂ ਉੱਥੇ ਓਬਜੈਕਟ ਕੀਤਾ ਵੀ ਇਹ ਤੁਸੀਂ ਫੌਜ ਦਾ ਐਕਸ਼ਨ ਨਾ ਕਰੋ, ਕਿਉਂਕਿ ਸਿੱਖਾਂ ਦਾ ਬੜਾ ਇਤਿਹਾਸ ਹੈ, ਮੁਗਲਾਂ ਦੇ ਟਾਈਮ ਤੇ, ਅਫਗਾਨਾਂ ਦੇ ਟਾਈਮ ਤੇ ਜੋ ਵਾਪਰਿਆ ਉਹ ਉਹ ਗੱਲ ਬਣਨੀ ਨਹੀਂ, ਲੇਕਿਨ ਹੀ ਵਾਜ਼ ਓਵਰ ਰੂਲਡ। ਤੋ ਉਦੋਂ ਬਾਅਦ ਉਹਨਾਂ ਨੇ ਆਪਣੀ ਕਿਤਾਬ ਲਿਖੀ ਆਟੋਬਾਇਓਗ੍ਰਾਫੀ, ਉਹਦੇ 'ਚ ਵੀ ਉਹਨਾਂ ਨੇ ਡਿਸਕਲੋਜ਼ ਕੀਤਾ ਹੈਗਾ ਇਹ ਫੈਕਟ ਜਿਹੜੇ ਨੇ। ਖੈਰ ਐਨੀਵੇ, ਉਹ ਉਸ ਡਿਸੀਜ਼ਨ ਦੇ ਹਿਸਾਬ ਦੇ ਨਾਲ ਸਮੇਂ ਦੇ ਪ੍ਰਾਈਮ ਮਿਨਿਸਟਰ ਸਾਹਿਬਾਂ ਨੇ 25 ਮਈ ਨੂੰ ਉਸ ਸਮੇਂ ਦੇ ਜੋ ਫੌਜ ਦੇ ਮੁਖੀ ਸਨ ਜਨਰਲ ਵੈਦਿਆ ਸਾਹਿਬ, ਉਹਨਾਂ ਨੂੰ ਬੁਲਾ ਕੇ ਆਦੇਸ਼ ਦਿੱਤਾ ਵੀ ਆਰਮੀ ਫੌਜ ਜਿਹੜੀ ਹੈ ਉਹ ਪੰਜਾਬ 'ਚ ਜਾ ਕੇ ਐਕਸ਼ਨ ਜੋ ਹੈ ਕਰੇ। ਠੀਕ ਹੈ, ਲਾਸਟ ਮੀਟਿੰਗ ਪੁੱਛ ਰਹੇ ਸਨ ਉਹ ਅਕਾਲੀ ਦਲ ਦੀ ਤੇ ਯੂਨੀਅਨ ਕੈਬਨਿਟ ਦੇ ਇੱਕ ਰਿਪ੍ਰੈਜੈਂਟੇਟਿਵ ਦੀ ਜਿਹੜੀ ਹੈਗੀ ਉਹ 26 ਮਈ ਨੂੰ ਹੋਈ ਹੈ, ਮਤਲਬ ਜਿਸ ਦਿਨ ਵੈਦਿਆਂ ਨੂੰ ਹੁਕਮ ਦੇ ਦਿੱਤੇ ਗਏ ਸਨ ਉਸ ਤੋਂ ਅਗਲੇ ਦਿਨ ਜਿਹੜੀ ਹੈ। ਔਰ ਉਸ ਮੀਟਿੰਗ ਦੇ ਵਿੱਚ ਉਦੋਂ SDPC ਦੇ ਪ੍ਰਧਾਨ ਸੀ ਸਰਦਾਰ ਗੁਰਚਰਨ ਸਿੰਘ ਤੌੜਾ, ਬਾਦਲ ਸਾਹਿਬ, ਬਰਨਾਲਾ ਸਾਹਿਬ ਤੇ ਹੋਰ ਵੀ ਹੋ ਸਕਦਾ 2-4 ਉੱਘੇ ਲੀਡਰ ਅਕਾਲੀ
ਕਿਹਾ ਕਿ ਦੱਸਿਆ ਇਹ ਹੈ ਕਿ 26 ਤਰੀਕ ਨੂੰ ਸਵੇਰ ਜਿਹੜੀ ਸੀ ਚਾਰ ਯੂਨੀਅਨ ਮਿਨਿਸਟਰ ਆ ਕੇ ਉਹਨਾਂ ਨਾਲ ਨੈਗੋਸ਼ੀਏਟ ਕਰਦੇ ਰਹੇ। ਸਾਰੀ ਗੱਲ ਮੁੱਕ ਗਈ, ਮੰਨੀ ਗਈ ਕਿ ਆ ਕਰ ਲਓ ਫੈਸਲੇ ਜਿਹੜੇ ਨੇਗੇ, ਲੇਕਿਨ ਉਹਨਾਂ ਨੇ ਕਿਹਾ ਅਸੀਂ ਅਪਰੂਵਲ ਲੈ ਕੇ ਆਉਂਦੇ ਹਾਂ। ਅਤੇ ਸ਼ਾਮ ਨੂੰ ਜਦ ਦੁਬਾਰਾ ਆਏ ਤਾਂ ਉਹਨਾਂ ਨੇ ਆ ਕੇ ਕਿਹਾ ਕਿ ਸੋਰੀ ਜੀ, ਇਹ ਗੱਲ ਬਣਦੀ ਨਹੀਂ ਗੀ। ਤੋ ਗੱਲਬਾਤ ਟੁੱਟ ਗਈ ਜੀ। ਤੇ 29 ਮਈ ਨੂੰ ਫੌਜ ਦੀ ਪਹਿਲੀ ਟੁਕੜੀ ਜਿਹਨੇ ਐਕਸ਼ਨ ਕੀਤਾ ਉਹ ਅੰਮ੍ਰਿਤਸਰ ਪਹੁੰਚ ਚੁੱਕੀ ਸੀਗੀ ਜੀ, 29 ਮਈ ਨੂੰ 1984 ਨੂੰ। ਠੀਕ ਹੈ। ਤੋ 3 ਜੂਨ ਤੋਂ ਪੁਲਿਸ ਫੌਜ ਨੇ ਘੇਰਾਬੰਦੀ ਵੀ ਕੀਤੀ ਜਿਹੜੀ ਹੈ ਦਰਬਾਰ ਸਾਹਿਬ। ਠੀਕ ਹੈ। ਤੇ ਤੁਸੀਂ ਬੜੀ ਸੰਖੇਪ ਨਾਲ ਜਿਹੜੇ ਬੈਕਗਰਾਉਂਡ ਹੈ, ਬੈਕਗਰਾਉਂਡ ਸਾਰੀ ਉਹ ਦੱਸ ਦਿੱਤੀ ਹੈ ਕਿ ਕਿੱਦਾਂ ਕਿੱਦਾਂ ਬਿਲਡਅਪ ਹੋਇਆ, ਕਿਉਂਕਿ ਆਪਣੇ ਕੋਲ ਟਾਈਮ ਬਹੁਤ 1-2 ਮਿੰਟ ਰਹਿ ਗਏ ਨੇ। ਆਪਾਂ ਹੋਰ ਕਿਸੇ ਪ੍ਰੋਗਰਾਮਾਂ ਦੇ ਵਿੱਚ ਬਾਅਦ ਵਿੱਚ ਜੋ ਬਲੂ ਸਟਾਰ ਦਾ ਜਾਂ ਬਲੈਕ ਥੰਡਰ ਦਾ ਉਹ ਜ਼ਰੂਰ ਕਰਾਂਗੇ। ਅਤੇ ਇਹਦੇ ਵਿੱਚ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਮੀਟਿੰਗਾਂ ਅਖੀਰ ਦਮ ਤੱਕ ਮੀਟਿੰਗਾਂ ਹੁੰਦੀਆਂ ਰਹੀਆਂ, ਅਤੇ ਉਹਨਾਂ ਮੀਟਿੰਗਾਂ ਦੇ ਵਿੱਚ ਉਹਦਾ ਫਲਸਰੂਪ ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ, ਅਤੇ ਅਖੀਰ ਦੇ ਉੱਤੇ ਮਿਲਟਰੀ ਭੇਜਣੀ ਪਈ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋ ਕਿ ਮਿਲਟਰੀ ਜਿਹੜੀ ਆ ਉਹ ਪ੍ਰੈਜੀਡੈਂਟ ਦੇ ਥੱਲੇ ਨਹੀਂ ਹੁੰਦੀ, ਆਖਰ ਰੂਲ ਉਹਨਾਂ ਦਾ ਹੁੰਦਾ ਜੇ ਕੌਣ ਆ, ਹੂ ਸੇਜ਼ ਓਕੇ ਗੋ ਇਨ। ਦੇਖੋ ਇਸ ਤਰ੍ਹਾਂ ਹੈ, ਇੰਡੀਆ ਇੱਕ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ, ਜਿਸ ਤਰ੍ਹਾਂ ਇੰਗਲੈਂਡ ਪਾਰਲੀਮੈਂਟਰੀ ਡੈਮੋਕ੍ਰੇਸੀ। ਜੋ ਟੈਕਨੀਕਲੀ ਤੁਸੀਂ ਕਹਿ ਰਹੇ ਹੋ ਉਹ ਸਹੀ ਹੈ ਕਿ ਪ੍ਰੈਜੀਡੈਂਟ ਆਫ ਇੰਡੀਆ ਜਿਵੇਂ ਕਿੰਗ ਆਫ ਜਾਂ ਕੁਈਨ ਆਫ ਇੰਗਲੈਂਡ ਜਿਹੜੀ ਹੈ ਉਹ ਹੈੱਡ ਹੈ, ਉਸ ਹਿੰਦੁਸਤਾਨ 'ਚ ਵੀ ਇੰਡੀਆ ਹੈੱਡ ਹੈ, ਲੇਕਿਨ ਡੀ ਫੈਕਟੋ ਜਾਂ ਐਂਡ ਡੀ ਜੂਰੇ ਜਿਹੜੀ ਗੌਰਮੈਂਟ ਹੈਗੀ ਹੈ ਉਹ ਪ੍ਰਾਈਮ ਮਿਨਿਸਟਰ ਦੀ ਹੁੰਦੀ ਹੈ। ਇਨਫੈਕਟ ਗਿਆਨੀ ਜੈਲ ਸਿੰਘ ਨੇ ਤੇ ਆਪਣੀ ਕਿਤਾਬ 'ਚ ਲਿਖਿਆ ਵੀ ਹੈ ਕਿ ਮੈਨੂੰ ਦੱਸਿਆ ਨਹੀਂ ਗਿਆ, ਔਰ ਮੈਂ ਉਹ ਡਿਟੇਲਡ ਇੱਕ ਚੈਪਟਰ ਵਿੱਚ ਵਰਣਨ ਕੀਤਾ ਕਿ ਫੌਜ ਦੇ ਹੁਕਮ ਕਿਹਨੇ ਦਿੱਤੇ, ਕਿਹਦੇ ਹੁਕਮ ਦੇ ਨਾਲ ਕਿਹਦੇ ਦੇਸ਼ ਦੇ ਨਾਲ ਇਹ ਐਕਸ਼ਨ ਹੋਇਆ, ਉਹ ਸਾਰਾ ਮੈਂ ਡਿਟੇਲਡ ਵਰਣਨ ਕੀਤਾ ਕਿਤਾਬ ਦੇ ਵਿੱਚ। ਸੋ ਪ੍ਰੈਜ਼ੀਡੈਂਟ ਨੂੰ ਕੋਈ ਪਤਾ ਨਹੀਂ ਸੀ ਵੀ ਇਹ ਆਪਰੇਸ਼ਨ ਜਿਹੜਾ ਜੋ ਹੋ ਰਿਹਾ ਟਿਲ ਲਾਸਟ ਮਿੰਟ। ਜੋ ਗਿਆਨੀ ਜ਼ੈਲ ਸਿੰਘ ਜੀ ਦੀ ਵਰਸ਼ਨ ਆਈ ਹੈ ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਇਹ ਸੀ ਪਤਾ ਕਿ ਫੌਜ ਨੂੰ ਆਦੇਸ਼ ਦੇ ਦਿੱਤੇ ਗਏ ਨੇ ਕਿ ਉਹ ਏਡ ਟੂ ਸਿਵਲ ਐਡਮਿਨਿਸਟ੍ਰੇਸ਼ਨ ਪੰਜਾਬ ਜਾਵੇ। ਠੀਕ ਹੈ। ਅਤੇ ਉਦੋਂ ਬਾਅਦ ਜੋ ਫੌਜ ਭੇਜੀ ਦਾ ਜਾਂ ਬਲੂ ਸਟਾਰ ਜਾਂ ਬਲੈਕ ਥੰਡਰ ਹੋਇਆ ਉਹ ਆਪਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਜੁੜਾਂਗੇ, ਕਿਉਂਕਿ ਅੱਜ ਸਮਾਂ ਇੰਨਾ ਸੀਗਾ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆ ਕੇ ਜੋ ਜੋ ਆਪ ਹੁਣ 33 ਸਾਲ ਹੀ ਹੋ ਗਏ ਨੇ ਕਿਤਾਬ ਲਿਖੀ ਹੈ, ਜੋ ਇਤਿਹਾਸ ਲਿਖਿਆ ਹੈ ਉਹ ਸਾਰੇ ਸਾਹਮਣੇ ਆ ਗਿਆ, ਸਾਹਮਣੇ ਆ ਗਿਆ। ਇਹ ਕਿਤਾਬ ਆਮ ਆਪਣੇ ਮਿਲ ਸਕਦੀ ਹੈ, ਬੁੱਕ ਸ਼ਾਪਾਂ ਤੋਂ ਵੀ, ਐਮਾਜ਼ੋਨ ਤੋਂ ਵੀ ਤੁਸੀਂ ਲੈ ਸਕਦੇ ਹੋ ਬੁੱਕ। ਇਹ ਪੜ੍ਹ ਕੇ ਕਿ ਇਹ 84 ਤੋਂ ਲਾ ਕੇ 87 ਤੋਂ ਤਕਰੀਬਨ ਸਰਦਾਰ ਸਾਹਿਬ ਜੀ 96 ਤੱਕ ਜਾਂਦੇ ਨੇ, ਇਹ ਸਾਰਾ ਜਿਹੜਾ ਪੀਰੀਅਡ ਆ ਇਹਦੇ ਵਿੱਚ ਪੰਜਾਬ ਦਾ ਕਿੱਦਾਂ ਕੀ ਨੁਕਸਾਨ, ਕੀ ਉੱਥੇ ਹੋਇਆ, ਕਿੱਦਾਂ ਹੋਇਆ, ਇਹ ਸਭ ਕੁਝ ਵਰਣਨ ਕੀਤਾ ਹੈ। ਅਤੇ ਇਹਦੇ ਨਾਲ ਜੋ ਆਪਾਂ ਕੌਣ ਕਸੂਰਬਾਰ ਸੀ, ਕੀ ਹੋਇਆ, ਉਹ ਆਪਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸਮਾਜ ਅੱਜ ਆਪਣੇ ਕੋਲ ਇੰਨੇ ਆ। ਬਹੁਤ ਬਹੁਤ ਧੰਨਵਾਦ ਕਰਦੇ ਸਰਦਾਰ ਸਾਹਿਬ ਜੀ ਦਾ, ਅਤੇ ਇੱਥੇ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।